शेर किधर गया वो? पापा तेरा सिर है? ओए आदि कंदरा मेरा सिर है, मेरे सिर ने किथे जाना थी वो? पापा उठ खड़ो ना, सारे ने डैडी उठ गए। ओए कंदरा ओ डैडी ने ਤਾਂ ਕਦੇ ਮੈਨੂੰ ਡੈਡੀ ਨਹੀਂ ਕਿਹਾ, ਤਾਂ ਹੀ ਤਾਂ ਮੈਂ ਉੱਠਦਾ ਨਹੀਂ ਹੈਗਾ। ਤੂੰ ਇੰਨਾ ਸ਼ੁਕਰ ਮਨਾਵੇਂ, ਤੈਨੂੰ ਪਾਪਾ ਕਹਿੰਦਾ, ਤੇਰੇ ਤੇ ਪਾਪਾ ਕਹ ਹੋਣ ਵਾਲੇ ਹਾਲਾਤ ਵੀ ਨਹੀਂ ਹੈਗੇ। ਕਿਉਂ ਇਹੋ ਜਿਹੀ ਕੀ ਗੱਲ ਹੈ ਯਾਰ? ਉਹੀ ਗੱਲ ਮੈਂ ਮੂਰ ਖਾਂਦਾ, ਤੈਨੂੰ ਮੈਂ ਕਮਾਲ ਕਰਦਾ ਯਾਰ। ਤੂੰ ਕੀ ਗੱਲ ਹੈ, ਤੇਰੇ ਪਾਪੇ 'ਚ ਕੀ ਕਮੀ ਹੈ ਦੱਸ? ਉੱਠਦਾ ਤਾਂ ਹੈ ਨਹੀਂ ਤੂੰ ਸੁਨੇਹਾ। ਉੱਠਦਾ ਤਾਂ ਹੈ ਨਹੀਂ ਸੁਨੇਹਾ, ਪਤਾ ਕੀ ਆ, ਉਹ ਬੰਦੇ ਸੁਨੇਹਾ ਉੱਠਦੇ ਨੇ ਜਿਨ੍ਹਾਂ ਦੀਆਂ ਮੰਮੀਆਂ ਮੰਮੀਆਂ ਨੀ ਉਹ ਸੱਚ, ਜਿਨ੍ਹਾਂ ਦੀਆਂ ਘਰ ਵਾਲੀਆਂ ਮਤਲਬ ਤੇਰੀਆਂ ਮੰਮੀਆਂ ਨਾ, ਤੇਰੀਆਂ ਮੰਮੀਆਂ ਨੀ ਓਏ ਉਹ ਤੇਰੀਆਂ। ਕਿਵੇਂ ਸਮਝਾਵਾਂ ਤੈਨੂੰ ਯਾਰ ਮੈਂ ਹੁਣ, ਜਿਵੇਂ ਤੇਰੀਆਂ ਮੰਮੀ ਤੇਰੇ ਮੇਰੀਆਂ ਬਹੂਆਂ, ਮੇਰੇ ਬਹੂਆਂ ਵੀ ਨਹੀਂ ਉਹ, ਮਤਲਬ ਜਿਵੇਂ ਯਾਰ ਜਿਵੇਂ ਲੋਕਾਂ ਦੀਆਂ ਤੀਵੀਆਂ ਨੇ, ਤੀਵੀਆਂ ਸੁਨੇਹਾ ਉੱਠ ਕੇ ਚਾਹ ਦਿੰਦੀਆਂ ਨੇ, ਆ ਕੇ ਕਹਿੰਦੀਆਂ ਨੇ ਉੱਠੋ ਜੀ ਕਾਲੂ ਦੇ ਡੈਡੀ ਉੱਠੋ ਜੀ, ਫਿਰ ਉਠਾਲਦੀਆਂ ਨੇ, ਫਿਰ ਬੰਦਾ ਸਾਰਾ ਦਿਨ ਫੁੱਲਾਂ ਵਾਂਗੂ ਖੇਡਾ ਰਹਿੰਦਾ। ਉਰੇ ਮੇਰੇ ਸਾਲੇ ਦਾ ਕਾਲੂ ਆਉਂਦਾ, ਓ ਬਾਪੇ ਓ ਬਾਪੇ ਤੇਰਾ ਸਿਰ ਕਿੱਧਰ ਗਿਆ? ਹੁਣ ਸਰ ਮੇਰੇ ਸਾਲੇ ਦਾ ਕੀ ਦੱਸ, ਮੈਂ ਕਈ ਸਰਾਣਾ ਬੰਦਾ ਵੀ ਮੇਰਾ ਸਿਰ ਉੱਠ ਗਿਆ ਇੱਕ ਵੜਤਾ ਕਿਸੇ ਨੇ। ਯਾਰ ਤੂੰ ਕਮਾਲ ਕਰ, ਤੂੰ ਡੈਡੀ ਕਿਉਂ ਨਹੀਂ ਕਹਿੰਦਾ? ਤੂੰ ਪਿਆ ਤਾਂ ਪੁੱਠਾਂਗਾ, ਦੌਣਾ ਕੰਨੀ ਪਿਆ ਆ ਦੇਖ। ਹਾਂ ਓਏ ਉਹ ਰਾਤ ਪਊਆ ਪੀ ਲਿਆ ਤੀ, ਪਤਾ ਹੀ ਨਹੀਂ ਲੱਗਾ ਸਾਲਾ ਕਿੱਧਰ ਪਿਆ ਗਿਆ। ਓਏ ਉਹ ਕਿੱਧਰ ਮਰ ਗਈ ਤੇਰੀ ਮਾਂ? ਇਹ ਦੱਸ ਪਹਿਲਾਂ ਮੈਨੂੰ, ਉਹ ਤਾਂ ਭੋਗ ਤੇ ਗਈ ਆ। ਓਏ ਹਜੇ ਤਾਂ ਕੰਜਰਾ 9 ਵਜੇ ਨੇ, ਭੋਗ ਤਾਂ 1 ਵਜੇ ਪੈਂਦਾ ਹੁੰਦਾ। ਉਹ ਹੁਣ ਹਰ ਕੋਈ ਮਰਨ ਦੇ ਭੋਗ ਤੇ ਤਾਂ ਨਹੀਂ ਜਾਂਦੀ, ਖੁਸ਼ੀ ਦੇ ਭੋਗ ਤੇ ਗਈ ਆ। ਅੱਛਾ ਖੁਸ਼ੀ ਦੇ ਭੋਗ ਤੇ ਗਈ ਹੈ, ਮੇਰੇ ਸਾਲੇ ਦੇ ਮੰਗ ਕੋਈ ਮਰ ਮੁਰ ਗਿਆ ਕੰਜਰਾ ਦਾ ਰਿਸ਼ਤੇਦਾਰੀ ਚ। ਕਮਾਲ ਕਰਦਾ ਯਾਰ ਤੂੰ, ਗਰਮੀ ਦਾ ਟਾਈਮ ਹੋ ਰਿਹਾ ਯਾਰ ਤੂੰ, ਐ ਦੱਸ ਤੂੰ ਮੈਂ ਕੱਖ ਰਲਾਉਂਦਾ ਸੋਹਣਾ ਲੱਗਦਾ ਯਾਰ ਤੂੰ ਕਾਲੂ ਐ? ਹੁਣ ਵੀ ਤਾਂ ਸੁੱਤਾ ਹੀ ਪਿਆ ਜੀ। ਉਹ ਯਾਰ ਸੁੱਤਾ ਸੁੱਤਾ ਹੁੰਦਾ ਬੰਦਾ, ਕੱਖ ਪਾਉਂਦਾ ਕੱਖ ਪਾਉਂਦਾ ਹੁੰਦਾ। ਚੰਗਾ ਫਿਰ ਕੱਖ ਪਾ ਦੇ ਹੁਣ। ਮੇਰੇ ਸਾਲੇ ਦਾ ਆਰਡਰ ਤਾਂ ਐ ਮਾਰ ਗਿਆ ਜਿਵੇਂ ਨਹਿਰੀ ਮਹਿਕਮੇ ਤੇ SHO ਲੱਗਿਆ ਹੁੰਦਾ। ਨਾਲੇ ਪਾਪਾ ਮੈਨੂੰ SHO ਦਾ ਤਾਂ ਪਤਾ ਨਹੀਂ, ਨਾਲੇ ਮੰਮੀ ਕਹਿ ਕੇ ਗਈ ਆ ਆਪਾਂ ਐਤਕੀ ਲੇਬਰ ਵਾਲਿਆਂ ਨੂੰ ਤੂੜੀ ਪਾਉਂਦੇ, ਆਪਾਂ ਆਪ ਤੂੜੀ ਪਾਵਾਂਗੇ। ਆਪਾਂ ਤੂੜੀ ਪਾਵਾਂਗੇ? ਆਪਾਂ ਨਹੀਂ, ਤੂੰ ਤੂੜੀ ਪਾਏਗਾ। ਮੈਂ ਤੂੜੀ ਪਾਉਂਗਾ ਹੈ? ਹਾਂ, ਨਾਲੇ ਆਪਦੇ 2-3 ਬੰਦੇ ਹੋਰ ਦੇਖ ਲਾ। ਮੇਰੀ ਗੱਲ ਸੁਣ ਲੈ, ਤਰਨਾੜ ਤੂੜੀ ਨਹੀਂ ਪਾਦਾ, ਮੈਂ ਤੈਨੂੰ ਸਿੱਧੀ ਜੀ ਗੱਲ ਦੱਸਦਾ, ਕਹਿਦੀ ਆਪਦੀ ਮੰਮੀ ਨੂੰ। ਤੂੜੀ ਕੀ ਤੇਰਾ ਬਾਪ ਪਾਊਗਾ? ਹੈ ਕੰਦਰ ਨਾ ਹੋਵੇ ਮੇਰੇ ਸਾਲੇ ਦੇ, ਮਰੂ ਮੇਰੇ ਸਾਲੇ ਦੇ, ਮੈਂ ਕਮਾਲ ਕਰੀ ਜਾਂਦਾ ਯਾਰ ਤੂੰ। ਮੇਰੀ ਗੱਲ ਮੁਸਕ ਠਾਲਤੀ ਤੇ ਪਾਪਾ ਹਗਲਾ ਜਾ ਕੇ ਉੱਧਰ, ਨਾਲੇ ਸਾਰੀ ਕਣਕ ਦੀ ਭੈਣ ਗੜ ਰੱਖੀ ਆ, ਇਹ ਖਾਣੀ ਇਹ ਸਾਰੀ ਜ਼ਹਿਰੀਲੀ ਕਰਤੀ। ਓਏ ਨਹੀਂ ਜ਼ਹਿਰੀਲੀ ਹੁੰਦੀ ਹੁੰਦੀ, ਪੁੱਤ ਮੇਰੀ ਗੱਲ ਸੁਣ ਲੈ ਓਏ। IPL ਦੇਖੋ ਹੀ ਨਾ, ਸਗੋਂ ਆਪਣੇ ਵਿਚਾਰ ਦੇ ਕੇ ਜਿੱਤੋ ਬਹੁਤ ਸਾਰੇ ਇਨਾਮ ਲੋਟਸ 365.3 'ਤੇ। ਇੱਥੇ ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ ਜਿਵੇਂ ਕੌਣ ਮੈਚ ਜਿੱਤੂ, ਕੌਣ ਟੌਸ ਜਿੱਤੂ, ਅਜਿਹੇ 50 ਤੋਂ ਵੱਧ ਸਵਾਲਾਂ ਦੇ ਜਵਾਬ ਦੇ ਕੇ ਪਾਓ ਬਹੁਤ ਸਾਰੇ ਇਨਾਮ। ਲੋਟਸ 365.3 'ਤੇ ਰਜਿਸਟਰ ਕਰੋ ਅਤੇ 365 ਦਾ ਬੋਨਸ ਪਾਓ। ਇੱਥੇ 24 ਘੰਟੇ ਤੁਹਾਨੂੰ 1-to-1 ਕਸਟਮਰ ਸਪੋਰਟ ਮਿਲਦਾ ਹੈ। ਇੱਥੇ 10 ਮਿਲੀਅਨ ਤੋਂ ਵੀ ਜ਼ਿਆਦਾ ਯੂਜ਼ਰ ਖੇਡਦੇ ਹਨ। ਕ੍ਰਿਕਟ ਤੋਂ ਇਲਾਵਾ ਤੁਸੀਂ 200 ਤੋਂ ਵੱਧ ਕੁਐਸਚਨਾਂ ਦੇ ਜਵਾਬ ਦੇ ਕੇ ਪਾ ਸਕਦੇ ਹੋ ਬਹੁਤ ਸਾਰੇ ਇਨਾਮ। ਸੋ ਲੋਟਸ 365.3 'ਤੇ ਰਜਿਸਟਰ ਕਰੋ। ਨਵਾਜੁਦੀਨ ਸਦੀਕੀ, ਸੁਨੀਲ ਸ਼ੈੱਟੀ, ਨੇਹਾ ਸ਼ਰਮਾ, ਉਰਬਸ਼ੀ ਰੁਟੇਲਾ, ਕਾਜਲ ਅਗਰਵਾਲ ਵਰਗੇ ਵੱਡੇ ਵੱਡੇ ਸੈਲੀਬ੍ਰਿਟੀ ਇਸਦੇ ਬ੍ਰੈਂਡ ਅੰਬੈਸਡਰ ਹਨ। ਸੋ ਇੰਤਜ਼ਾਰ ਕਿਸਦਾ ਕਰਦੇ ਹੋ? ਲੋਟਸ 365.3 'ਤੇ ਰਜਿਸਟਰ ਕਰੋ ਅਤੇ ਪਾਓ ਵੱਡੇ ਵੱਡੇ ਇਨਾਮ। ਇਸਦਾ ਲਿੰਕ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਮਿਲ ਜਾਵੇਗਾ। ਫੀ ਭੁੱਕੀ ਨਸ਼ੇ ਦੇ ਕਦੇ ਨਾ ਲੱਗਿਓ, ਮੈਂ ਆਉਣ ਵਾਲੀ ਪੀੜ੍ਹੀ ਨੂੰ ਕਹਿਣਾ ਪਊਆ ਬੇਸ਼ੱਕ ਲਾ ਲਿਆ ਕਰੀ। ਚੱਲ ਚੰਗਾ ਬਾਬਾ ਗੁਰੂ, ਨਾਲੇ ਨਾਲਾ ਜਾ ਕੇ ਜਾ ਬਾਬਾ ਚੰਗਾ, ਨਾਲੇ ਨਾਣੂ ਕਟੋਬੇ ਕੰਨੀ ਜਾਏਂ। ਓ ਬਗ ਜਾ ਬਣੋਈਏ, ਓ ਸੱਚ ਕਾਲੂ ਓਏ। ਹਾਂ ਬਾਪਾ। ਓਏ ਪਾਣੀ ਪੂਣੀ ਹੈਗਾ ਕਿ ਨਾ ਪਾਪੇ ਦੇ ਬਾਪੇ? ਪਾਣੀ ਤਾਂ ਹੈਗਾ, ਤੂੰ ਡੋਲਦਾ ਤਾਂ ਹੈ ਨਹੀਂ। ਓਏ ਡੋਲੂਗਾ, ਅੱਜ ਦਾ ਖਾਸੀ ਡੋਲੂਗਾ ਮੈਨੂੰ ਲੱਗਦਾ। ਤੂੜੀ ਆਪ ਕਿਵੇਂ ਪਊਗੀ ਯਾਰ, ਖਾ ਜੂਗੀ ਤੂੜੀ ਤਾਂ? ਓ ਕਾਲੂ ਬੋਲ ਵੀ ਬੈਠ ਗਿਆ ਭੁੱਕੀ ਬਿਨਾਂ। ਓ ਕਾਲੂ
ਓ ਹਾਂ ਪਾਪਾ ਹੁਣ ਕੀ ਹੋ ਗਿਆ ਤੇਰੇ ਕਦੇ ਤਾਂ ਸਿੱਧਾ ਬੋਲ ਪਿਆ ਕਰ ਕਦੇ ਤਾਂ ਸਿੱਧਾ ਬੋਲ ਪਿਆ ਕਰ ਨਾ ਤੂੰ ਕਦੇ ਮੈਨੂੰ ਸਿੱਧਾ ਬੋਲਿਆ ਕਦੇ ਪੁੱਤ ਕਿਹਾ ਓਏ ਓ ਮੈਂ ਕਹਿਦਾ ਕਰੂੰ ਆ ਪੁੱਤ ਉਹ ਤਾਂ ਮੈਨੂੰ ਐ ਦੱਸ ਤੇਰੀ ਮੰਮੀ ਸੱਚਿਓ ਕਹਿ ਗਈ ਸੀ ਵੀ ਤੂੜੀ ਆਪਾਂ ਨੇ ਪਾਣੀ ਆਪ ਅੰਦਰ ਸੱਚਿਓ ਕਹਿ ਗਈ ਸੀ ਵੀ ਆਪ ਪਾਉਣੀ ਹੈ ਤੂੜੀ ਬੜਾ ਸਿਆਪਾ ਸਿਰਿਆ ਭਾਈ ਨਾਲੇ ਪਾਪਾ ਮੈਨੂੰ ਸਿਆਪੇ ਸੁਪੇ ਦਾ ਨਹੀਂ ਪਤਾ ਨਾਲੇ ਆਪਦੀ ਭੁੱਕੀ ਭਾਕੀ ਲਿਆ ਨਾਲੇ ਆਪਦੇ ਦੋਸਤਾਂ ਨੂੰ ਬੁਲਾ ਲਈ ਘੋੜੇ ਨੂੰ ਬੋਦੇ ਨੂੰ ਚਿੜੀ ਨੂੰ ਓ ਕੰਜਰ ਦਿਆ ਹੁਣ ਬੰਦੇ ਦੇ ਵਿੱਚ ਚਿੜੀ ਦਾ ਕੀ ਕੰਮ ਹੋਏ ਤੂੜੀ ਨੂੰ ਤਾਂ ਚਿੜੀ ਓ ਦੱਬੂਗੀ ਗੱਲ ਇਹ ਵੀ ਤੇਰੀ ਮੇਰੇ ਤੋਂ ਨਹੀਂ ਪੈਂਦੀ ਯਾਰ ਚੱਲ ਪਾਪਾ ਤੂੰ ਦਿਮਾਗ ਨਾ ਖਾ ਮੈਂ ਕੁਛ ਕਰਦਾ ਅੰਦਰ ਮੈਂ ਆਪਦਾ ਕੰਮ ਕਰਨਾ ਸਕੂਲ ਜਾਣਾ ਤੂੰ ਹਾਲ ਕਰਦਾ ਓਏ ਕਰਦੀ ਰਾਖੀ ਰੱਖੀ ਮੈਂ ਜਾਣਾ ਇਹਨਾਂ ਸਾਪਾ ਛੜਿਆ ਬਾਈ 8,000 75,000 8,500 ਨੂੰ ਭੁੱਕੀ ਮਿਲਦੀ ਹੈ ਕਿੱਥੋਂ ਲਊਗਾ ਭਲਾ ਮਾੜਾ ਅਮਲੀ ਹੈ ਮੇਰੇ ਸਾਲੇ ਬਲੈਕੀਆਂ ਨੇ ਵੀ ਹੱਥ ਚੱਕਦੀ ਆੜੀ ਵੇਲੇ ਇਹਦੇ ਕਿਸੇ ਸਾਲ ਵੀ ਨਹੀਂ ਹੋਇਆ ਵੀ ਇੰਨੀ ਮਹਿੰਗੀ ਹੋ ਗਈ ਇੱਕ ਪੰਡ ਵੀ ਨਹੀਂ ਚੱਕੀ ਜਾਣੀ ਇਹ ਭੁੱਕੀ ਬਿਨਾਂ ਤਾਂ ਇਹ ਸਾਲਾ ਸਵਾਤ ਭਰਾਉਣ ਨੂੰ ਫਿਰਦਾ ਲੈ ਵੀ ਤਰ ਨਾ ਰਸਿਆ 20 ਦਿਨ ਕਿਤੇ ਲੰਘ ਜਾ ਇਹ ਕੀ ਭਾਲ ਲੈਣ ਤੈਨੂੰ 20 ਦਿਨ ਲੈ ਮਿੱਤਰਾ ਤੇਰੀ ਮੰਮੀ ਅਤੇ ਤੂੰ ਤੇ ਦੋਵੇਂ ਲੱਗ ਜਿੰਤਰੀਆਂ ਚਾਚੀਆਂ ਤਾਈਆਂ ਤੁਹਾਨੂੰ ਤਰਨਾਟ 20 ਦਿਨ ਨਹੀਂ ਠਹਿੰਦਾ ਹੁਣ ਨਾਲੇ ਤੁਹਾਡੇ ਲਵੀ ਫਿਰੀ ਜਾਏ ਕਰੂੰਗਾ ਯਾਰ ਚੱਲੇ ਪਵਾ ਕੇ ਹੱਲੇ ਪਿੱਠਦਾਸ ਬਾਬਾ ਜੀ ਵਿਚਾਲ ਬਾਬਾ ਪਿੱਠਦਾਸ ਜੀ ਵਿਚਾਲ ਅਰੇ ਮੂਰਖ ਪ੍ਰਾਣੀ ਬਤਾਈ ਆਪ ਕੌਣ ਹੈ ਕਿਆ ਲੈਣੇ ਇਹੋ ਜਿਹਾ ਬਾਬਾ ਜੀ ਮੈਂ ਤੁਹਾਡਾ ਬੜਾ ਨਾਮ ਸੁਣਿਆ ਮੈਂ ਤੁਹਾਡਾ ਬੜਾ ਨਾਮ ਸੁਣਿਆ ਬਾਬਾ ਪਿੱਠਦਾਸ ਜੀ ਕਹਿੰਦੇ ਕਰਮਾਂ ਦੇ ਕਰਮੀ ਚੱਕਰ 'ਚ ਪਾਉਂਦੇ ਨੇ ਕਹਿੰਦੇ ਉਹ ਸਾਰਿਆਂ ਨੂੰ ਤੂੜੀ ਤੋਂ ਬਚਾਉਂਦੇ ਨੇ ਬਾਬਾ ਪਿੱਠਦਾਸ ਜੀ ਮੈਨੂੰ ਵੀ ਬਚਾ ਲਓ ਮੇਰੇ 'ਤੇ ਵੀ ਕਿਰਪਾ ਕਰੋ ਮੈਂ ਜੀ ਹਮੀਰਗੜ੍ਹ ਦਾ ਪਿੰਡ ਹੈ ਮੇਰਾ ਨਾਮ ਤਨਹਾੜ ਸਿੰਘ ਤਨਹਾੜ ਸਿੰਘ ਕਹਿੰਦੇ ਨੇ ਮੈਨੂੰ ਪਿੰਡ 'ਚ ਬਾਬਾ ਜੀ ਦੂਰ ਹੋ ਜਾਈਏ ਚਲੀਏ ਦੂਰ ਹੋ ਜਾਈਏ ਤੁਹਾਡੇ ਚਰਨ ਕਿੱਥੇ ਇੱਕ ਵਾਰੀ ਬਾਬਾ ਜੀ ਇੱਕ ਵਾਰੀ ਤੁਹਾਡੇ ਚਰਨ ਕੰਮ ਬਤਾਈਏ ਨਾ ਕੰਮ ਬਤਾਈਏ ਕਿਆ ਕੰਮ ਹੈ ਕੰਮ ਬਤਾਈਏ ਕੋਈ ਕਿਆ ਕੰਮ ਹੈ ਬਤਾਈਏ ਬਾਬਾ ਜੀ ਕੰਮ ਕੀ ਦੱਸਾਂ ਮੈਂ ਕੰਮ ਕੀ ਦੱਸਾਂ ਤੁਹਾਨੂੰ ਬਾਬਾ ਜੀ ਮੇਰੇ ਘਰੇ ਕਹਿੰਦੇ ਐਤਕੀ ਤੂੜੀ ਲੇਬਰ ਤੋਂ ਨਹੀਂ ਪਵਾਉਂਦੇ ਕਿਉਂ ਨਹੀਂ ਪਵਾਉਂਦੇ ਕਹਿੰਦੇ ਲੇਬਰ ਐਤਕੀ ਪੈਸੇ ਬਹੁਤ ਮੰਗਦੀ ਹੈ ਹੈ ਬਾਬਾ ਜੀ ਕਹਿੰਦੇ ਤੂੜੀ ਤਾਂ ਪਾਣੀ ਹੈ ਹੁਣ ਬਾਬਾ ਜੀ ਮੈਂ ਤੂੜੀ ਕਿਵੇਂ ਪਾ ਸਕਦਾ ਮੈਂ ਆਜਾ ਬੰਦਾ ਜੀ ਮੇਰੀ ਲੱਤ 'ਤੇ ਸਰੀਆ ਪਿਆ ਹੋਇਆ ਬਾਬਾ ਜੀ ਮੈਨੂੰ ਤੂੜੀ ਤੋਂ ਬਹੁਤ ਡਰ ਲੱਗ ਅਸਲ ਦੇ ਵਿੱਚ ਮੈਨੂੰ ਹਾੜੀ ਦੀ ਫਸਲ ਹੈ ਜਿਹੜੀ ਨਾ ਬਹੁਤ ਤੰਗ ਕਰਦੀ ਹੈ ਕਿਉਂਕਿ ਇਹ ਗਰਮੀ 'ਚ ਆਉਂਦੀ ਹੈ ਜੇ ਸਿਆਲ 'ਚ ਆਉਂਦੀ ਹੋਵੇ ਚੱਲ ਮੈਂ ਚੱਲ ਵੀ ਜਾਵਾਂ ਬਾਬਾ ਜੀ ਮੈਨੂੰ ਤੂੜੀ ਤੋਂ ਬਚਾ ਲਓ ਮੈਨੂੰ ਸਵਾਦ 'ਚ ਵਾੜਨਗੇ ਜਾਂ ਪੰਡਾ ਤਰਨਗੇ ਸਿਰ ਮੂਰਖ ਪ੍ਰਾਣੀ ਜੇ ਤੋਂ ਸਭ ਕੀ ਆ ਕਰਾਇਆ ਪਰਮਾਤਮਾ ਕੇ ਹੱਥ ਮੇ ਹੈ ਐਸੇ ਕੈਸੇ ਹੋ ਜਾਏਗਾ ਵੀ ਸਰਦੀਆਂ ਮੈਂ ਹੜੀ ਆ ਜਾਏ ਬਾਬਾ ਜੀ ਫਿਰ ਜੇ ਪਰਮਾਤਮਾ ਦੇ ਕਰਾ ਕਹਿੰਦੇ ਨੇ ਪਰਮਾਤਮਾ ਸਾਰਾ ਕੁਛ ਕਰ ਸਕਦਾ ਬਾਬਾ ਜੀ ਫਿਰ ਇਹਦਾ ਮਤਲਬ ਸਿਆਲ 'ਚ ਵੀ ਤਾਂ ਕਣਕ ਲਾ ਸਕਦਾ ਬਾਬਾ ਜੀ ਅਰੇ ਤੁਮ ਕਿਆ ਚਾਹਤੇ ਹੋ ਪ੍ਰਾਣੀ ਜੇ ਬਤਾਈਏ ਕਿਆ ਚਾਹਤੇ ਹੋ ਬਾਬਾ ਜੀ ਮੈਨੂੰ ਐਂ ਕਰੋ ਮੈਨੂੰ ਆਪਦੇ ਵਾਲੇ ਗਰੁੱਪ 'ਚ ਰਲਾ ਲਓ ਮਤਲਬ ਮੈਨੂੰ ਚੇਲਾ ਮੁੰਨ ਲਓ ਬਾਬਾ ਜੀ ਮੈਨੂੰ ਚੇਲਾ ਮੁੰਨ ਲਓ ਮੈਂ ਤੂੜੀ ਨਹੀਂ ਪਾ ਸਕਦਾ ਅਰੇ ਰਹਿਣੇ ਦੋ ਮੂਰਖ ਪ੍ਰਾਣੀ ਜੇ ਆਪਕੇ ਬਸ ਕੀ ਬਾਤ ਨਹੀਂ ਹੈ ਨਾ ਨਾ ਬਾਬਾ ਜੀ ਮੇਰੀ ਗੱਲ ਜਿਵੇਂ ਕਹੋਗੇ ਜਿਵੇਂ ਆ ਬਾਣਾ ਪਾ ਕੇ ਮੇਰੇ ਇੱਕ ਵਾਰੀ ਬਾਣਾ ਪਾ ਦਿਓ ਮੈਨੂੰ ਚੇਲਾ ਮੁੰਨ ਲਓ ਅਰੇ ਐਸੇ ਕੈਸੇ ਪਾਉਂਦੇ ਆਪਕੇ ਬਾਣਾ ਨਹੀਂ ਪੜਗਾ ਆਪਕੇ ਬਾਣਾ ਚਲੇ ਜਾਓ ਕਿਉਂ ਮੈਂ ਜਾਂਦਾ ਨਹੀਂ ਮੈਂ ਉਰੀ ਪ੍ਰਾਣ ਤਿਆਗ ਦੂੰ ਬਾਬਾ ਜੀ ਪਰ ਮੈਂ ਜਾਂਦਾ ਨਹੀਂ ਕਿਤੇ ਅਰੇ ਸੁਣੀਏ ਮੂਰਖ ਪ੍ਰਾਣੀ ਥੋੜਾ ਧੀਰਜ ਰੱਖੀਏ ਅਰੇ ਮੂਰਖ ਪ੍ਰਾਣੀ ਥੋੜਾ ਪਾਣੀ ਫਿਰ ਮਾਰ ਦੋ ਦੇਖੀਏ ਮੂਰਖ ਪ੍ਰਾਣੀ ਯੇ ਜੋ ਹਮਨੇ ਚੋਲਾ ਪਾਇਆ ਹੈ ਨਾ ਇਸਮੇ ਬਹੁਤ ਜ਼ਿਆਦਾ ਮਿਠਾਸ ਚਾਹੀਏ ਮਿਠਾਸ ਔਰ ਤੁਮ ਤੋ ਤੁਹਾਰੇ ਮੈਂ ਤੋ ਮਿਠਾਸ ਹੀ ਨਹੀਂ ਹੈ ਅਰੇ ਐਸੇ ਨਹੀਂ ਕਿਸੀ ਕੋ ਬੋਲਣਾ ਬੜੇ ਪਿਆਰ ਸੇ ਬੜੇ ਸਤਿਕਾਰ ਸੇ ਇਹ ਮਿਠਾਸ ਕੀ ਬਾਤ ਕਰ ਰਹਾ ਹੂੰ ਫਿਰ ਬਾਬਾ ਤੁਸੀਂ ਐਂ ਦੱਸੋ ਵੀ ਮੂੰਹ ਜੋ ਮਿੱਠਾ ਬੋਲਣਾ ਹਾਂ ਮਿੱਠਾ ਬੋਲਣਾ ਹੈ ਬਾਬਾ ਜੀ
मैं तो मुँह चो इन्ना मिठा बोलता जे मैं किसी ब्याह च जाके बोल पा ना लोग गुलाब जामुना भी नहीं खाते मेरे मुँह को नहीं देखी जाते ने मुँह चो मिठास भर लेंगे ना कोई गुलाब जामुन खावे ना बर्फी खावे ना गजरेला खावे ना तुत मतूरा खावे कुछ नहीं खाता बाबा जी मैं इन्ना मिठा बोलता मैं लोगों च चलो ठीक है मूर्ख प्राणी ठीक है ऐसे मेरी बात सुनो आप हमारे जैसा साध बनना चाहते हैं ठीक है ठीक है जैसे हमारे भगमा चोला पाया है आप ऐसा पाएंगे तो ठीक है हम आपको चोला दे देते हैं मैं बाबा जी फ्री च रोटी खाना जाना फ्री च मेनू कम ना करना बाबा ठीक फ्री में रोटी खाना फ्री में खाना खाना चाहते हैं और बाबा बन के हमारे लिए भी ले आकर आए गए है ठीक है ना ठीक छोटे वास्ते भी ले दिया करेंगा मैं ठीक है मूर्ख प्राणी हम आपको चोला देते हैं हमारा ठीक है ना मान के बाबा बड़ा कंजरा इसीलिए बोल रहा हूँ आपके मन में ना आपके बोल में मिठास चाहिए तभी आपको अच्छा लगेगा आपको थाडी बोली बढ़िया नहीं लगती ये जो कंजर होता है ना बाबा जी ये कंजर मीठे लफ्जों में से होता है कंजर का मतलब हो तो है बहुत प्यारा बहुत मीठा इंसान आप वो कंजर हो अच्छा अच्छा हमको बोल रहा है ठीक है ठीक है मैं तुम्हें कंजर कहता जी आए समझ लो मैं तुम्हें वो कहता अभी भाई तुम बहुत मिठे हो बहुत चंगे बंदे हो ठीक है ठीक है बंदे को कंजर कहा जाता है प्राणी तुम ये बाबा जी महा कंजर हो प्राणी आपका दिल है ना बहुत बढ़िया है लगता है हमें तो ठीक है हम आपको ना ये वस्त्र देते हैं ये डाल लीजिए ये लीजिए ये लीजिए ये चोला है ना जो ये हमरे गुरु ने हमें दिया था और हम आपको दे रहे हैं छोटा गुरु था जी कंजर महा कंजर मंदर कंजर महा कंजर होना ही है ना क्या बोल रहे हो वही मतलब प्यारा अच्छे 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 हाँ हाँ ठीक है ये लीजिए ये डाल लीजिए सत वचन बाबा जी सत वचन पाला बाबा जी मेरे में हाँ पाल डाल लीजिए फिर हम आपको एक काम बताएंगे वो करके आना है ये क्या कर रहे हो मूर्ख प्राणी बाबा जी ये गैस होता है गैस ये भी गंदर होता है गैस भी बाबा जी तुसी हीता जी बाबा जी जेडी मेरा मेरा पद है ना मेरा पद तो जे कितने ब्याह च बज जे ना फिर कानू छेड़े छेड़ना लोग डीजे नचन हट जाते ने मेरा पद की आवाज च नची जाते ने चल चलिए चलिए डालिए चोला डालिए मैं पा लो बाबा जी फिर तुसी मुंह भरा कर लो ठीक है ठीक है मुंह भरा कर लो बाबा जी डालिए हाँ डालिए देखो सही है अरे क्या बात है क्या बात है अरे मूर्ख प्राणी आप तो मेरे गुरु जैसे लग रहे हो कंजर हाँ कंजर 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 में बाबा जी कंजर ना होने कहो तुम कंजर शब्द बढ़िया नहीं हैगा आप ही ने तो बोला था कंजर बड़ा अच्छा होता है बड़ा मीठा होता है आप ही कंजर है ओ बाबा जी आए हैं हूँ आप शब्द बदल लेते हैं हूँ आप कहना नहीं कंजर यह बड़ा बड़िया कंजर कहा जाता जिम्मे तुम बड़े हो कंजर मैं तो छोटा प्राणी हाँ मैं छोटा प्राणी कंजर नहीं हो सकता अच्छा हम कंजर है बड़ा है ठीक है छोटा गुरु कंजर दी महा कंजर दी ठीक है मैं छोटा ना मैं कंजर कहा नहीं सकता मैं अच्छा इंसान नहीं हूँ असल में बता कौन कहते हैं लोग कहते हैं मुझे कह देते हैं दरनाट अच्छा नहीं है इसलिए मैं मरता नहीं हूँ जिस दिन लोगों ने कह दिया बहुत अच्छा इंसान है उस दिन मैं मर जाऊंगा माड़े लोग मरते नहीं होते अरे प्राणी दुनिया है दुनिया सब गोल मोल है गोल मोल है गोल बोल फोल है बाबा जी आए देखो आ बात गया जी एक कुर्ता अरे ये भी डाल लेना हमारे गुरु दो दो डाल के रखते थे तेरा गुरु ताही दम मर गया गर्मी नाल मर गया असल च समाधि समुद्धि च कानू मरिया दी वो ता मर गया दो कुर्ते पाता थी गर्मी च गर्मी तो ऊँ इन्नी आई जाती है चल छोड़िए ले पकड़ाइए जी ऐसे ऐसे करिए ना आप गांव में जाइए और जाकर हमारे लिए डाली मांग के लेके आना डाली डाली का की करोगे तुसी डाली नहीं डाली जैसे ये किसान है ना खेतों में कनक बढ़ रहा है हाँ? खेतों में कनक साड़ रहा है अपने घर में कनक ले जा रहा है तुसी सीधा ये नहीं कह सकते भी किसान बट रहे कनक बाढ़ रहा है क्या होता है अरे अरे ऐसी ऐसी हाँ ऐसी बाढ़ रहा है बाढ़ रहा है हाँ ऐसे करना वहाँ से डाली मांग के लेना तभी हम खाना खाएंगे ना अच्छा अमल तुम आए कह रहे हो भी पहला तो मैं कणक इकट्ठी करा बस साल भर खानी भी है बिल्कुल सही सही आपने बोला है ना बैठकर खाना है ऐसी खाया जाएगा साल भर जो गल कर दो मैं तो भीग देने रहना है
क्या कह रहे हो? मैं तो वही बुड़बड़ाने की आदत है, मैंने बुड़बड़ाई बढ़ जाना बस। एक बात और सुनिए हमरी, जहाँ भी जाना है ना, ये जवान से मीठा बोलना है, मीठा 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 बोलना है, मीठा मीठा। हाँ समझ गए, ऐसे मीठा मीठा नहीं। किसी से लेनी जानी है चीज, हमें पर थोड़ा दान दे दीजिए, हमें थोड़ा दान दे दीजिए, आपकी बहुत मेहरबानी होगी, आपकी बहुत मेहरबानी होगी, परमात्मा आपको दुगना देगा, परमात्मा आपको कुछ भी नहीं देगा, दुगना देगा, परमात्मा आपको दुगना देगा, दुगना दुगना। ऐसे बोलना है, ऐसी बोलूं बाबा जी? ठीक है चले जाइए, आप जाता हूँ मैं बाबा जी। हाँ फिर मैं बाबा जी कणक काज बाकी ले आऊंगा। अरे ये ले, ये ये देखो इसमें डालना है, ओके इसको फालो। बाबा जी डालो, फिर लेटर पाउडर में तो कट लो ना जो। ओ ठीक है, इत पाला जी मैं यहाँ आए हैं। हाँ ऐसे बाबा जी, असि उदो पाते होंगे थे जो साढ़े नरमा कपाह होंगे, चुगते होंगे, चोलियां बनाते होंगे, उदो ही बनाते होंगे। असि चोली में क्या डालते थे? चोली में कपास। ठीक है अभी कणक डालना है, कणक डालना, मां करना कणक डालना। बाबा जी मेरा तुम बाजा भी नहीं, नहीं नहीं नहीं, ये तो सुच्चा है, ये नहीं लेके जाना है। नकली बाबा कैसे नकली बाबा? मतलब साडी बोली जी चंगा बाबा कहते नकली। ठीक है लेके जाओगे आप? हाँ लेके जाऊंगा जी। तो ठीक है एक मिनट एक मिनट एक खादी हुई कम कर देगा उही। ये क्या होता है? पुक्की नहीं मिलती साडे अपनो। चलिए ढाली माँ कह लाइए, ढाली मिल जाएगा 7,075 हो रही है। चलो हुआ माड़ा बंदा। ठीक है मीठा बोलना है, मीठा बोलना है। ठीक है ठीक है। अरे जाइए, अरे जाइए, अरे आपको बोल रहा हूँ, अरे आपको बोल रहा हूँ। चल ठीक है, चल ठीक है, चले जाइए ना, चलो चले जाइए ना, अरे चले जाइए ना। अच्छा अभी मैं जावा, मैं जावा। अरे कैसा प्राणी है ये। चलो ठीक है डाली तो मां का लाएगा ना। डिचकड़ारा ढोरा ने डोचकडुल्ली दा, डिचकड़ारा ढोरा ने डोचकडुल्ली दा, डिचकड़ारा ढोरा ने डोचकडुल्ली दा। वट्टे आणगे वट्टे आणगे साधनां दे जेले, कर्नाटा जे हो गया साधना। वट्टे आणगे साधनां दे जेले। भगता बाबयां नूं तरल पदार्थ पिया। ओ बाबा जी साडे खेतां च नहीं कोई तरल पदार्थ होंदा। ओहो ओ भगता जल नूं कहना, जल नूं। ओ फिर बाबा जी तुसीं ऐ कह दो दस दा। ओए पता की है, ए साडी बोली च तरल पदार्थ ही होंदा है, तरल पदार्थ। हाजे दा तैनूं मैं 14वां रतन नहीं कहा, क्योंकि टाइम नहीं होया 14वें रतन दा। लो बाबा जी पानी पियो पहलां तुसीं। ऐ च पा भगता, ऐ च पा, ऐ च पावां। हां बाबे च पींदे होंदे मर्जी बाबा। हां बस बस भगता बस। मैनूं लग्या भी मैं तेरी मोटर ते जावां, पहला गाहक तू है मेरा। ठीक है जी। हाँ पता की है ना, मैं डाली करदा फिरदा, मैं सोचा भी बाबा जी डाली दा पिंड च हुंदी हुंदी आ। ओ भगता पहला मैं कणक दी डाली करनी है, मेरे उस्ताद ने मतलब मेरे गुरु ने कहा, कहना तू पहला खेतों तों डाली करके लिया, करमाले होणगे, करमाले होणगे मेवे पाणगे जिहड़े तेरे वर्गे कणक पाणगे। ठीक है बाबा ठीक है। लै भगता पा कणक बाबा नूं, लै आ जाओ बाबा जी। उरी आ जा, उरी आ जाओ जी। आ भर के पा दे बाबे हन, आ भर के पा दे। लो बाबा जी। अटे जाणगे एक और भर देगा भगता। बहुता बाबा जी इना लालच ना करो। की गल घट निकली अज की? ओ बाबा घट दी गल नहीं हैगी, बहुत औखी कमाई जांदी है। ओ कमाई ना एक दा पा दे यार, पा दे मेरे कहे दा।
ਜਾ ਦੇ ਕਹਿੰਦਾ ਬਾਬਾ ਇੱਕ ਹੋਰ ਪਾ ਦਿੰਦਾ ਹਾਂ ਪਾ ਦੇ ਫੁੱਲ ਚ ਚੁੱਟੀ ਲਾ ਦੇ ਚੁੱਟੀ ਇਹਦੇ ਉੱਤੇ ਹੋਰ ਪਾ ਥੋੜੀ ਉਹ ਬਾਬਾ ਬਹੁਤ ਪਾ ਤਾਂ ਯਾਰ ਬਾਬੇ ਨੂੰ ਨਾਰਾਜ਼ ਨਾ ਕਰ ਬਾਬਾ ਤੂੰ ਤਾਂ ਲਾਲਚੇ ਬਹੁਤ ਕਰਦਾ ਸਿਖਰ ਤੇ ਪੈਰੇ ਬਾਬੇ ਸਰਾਪ ਦੇਤਾ ਨਾ ਜੇ ਦੇਖ ਲੈ ਮੇਰੀ ਕਹਿੰਦੀ ਮੂਤਨ ਕਹਿੰਦੀ ਉਹ ਤਰਸੇਗਾ ਕੀ ਬੋਲਦਾ ਬਾਬਾ ਮੈਂ ਉਹ ਕਹਿਣਾ ਮੈਂ ਬਾਬੇ ਭਗਤਾਂ ਮੈਂ ਐਂ ਪੁੱਛਦਾ ਕਿੰਨੇ ਕਿਲੋ ਕਣਕ ਬੀਜਦੇ ਹੋ ਤੁਸੀਂ ਬਾਬਾ ਜੀ ਬੀਜਦੇ ਹਾਂ 30-35 ਕਿਲੋ 30-35 ਕਿਲੋ ਹਾਂਜੀ ਤੇ ਝਾੜ ਕਿੰਨਾ ਹੋ ਜਾਂਦਾ ਝਾੜ ਹੋ ਜਾਂਦਾ 60-65 ਮਣ 40 ਕਿਲੋ ਕਣਕ ਬੀਜ ਕੇ 60-65 ਮਣ ਹਾਂਜੀ ਫਿਰ ਇਹਦਾ ਮਤਲਬ ਯਾਰ ਤੁਸੀਂ ਸਭ ਤੋਂ ਵੱਡੇ ਬਲੈਕੀ ਭਗਤ ਤੁਸੀਂ ਹੋਏ ਉਹ ਬਾਬਾ ਜੀ ਅਸੀਂ ਕਦੇ ਬਲੈਕੀ ਹੋਏ ਓਏ ਹੋਰ 40 ਕਿਲੋ ਬੀਜ ਕੇ 65 ਮਣ ਕਣਕ ਹੋ ਜਾਂਦੀ ਹੈ ਤੁਹਾਡੇ ਉਹ ਬਾਬਾ ਜੀ ਮਿਹਨਤ ਵੀ ਤਾਂ ਕਰਦੇ ਹਾਂ ਅਸੀਂ ਮਿਹਨਤ ਵੀ ਤਾਂ ਕਰਦੇ ਹਾਂ ਸਭ ਤੋਂ ਵੱਡੇ ਬਲੈਕੀ ਤੁਸੀਂ ਹੋਏ ਜੇ ਕੋਈ ਫੀਮ ਵੇਚਦਾ ਅੱਧ ਪਚੱਧ ਮਸਾ ਕਮਾਉਂਦਾ ਹੈ ਤੁਸੀਂ ਕਮਾ ਰਹੇ ਹੋ ਤੁਸੀਂ ਤਾਂ ਮੈਨੂੰ ਲੱਗਦਾ 60-65% ਕਮਾ ਰਹੇ ਹੋ ਤੁਸੀਂ ਤਾਂ ਉਹ ਮੇਰੀ ਗੱਲ ਸੁਣ ਬਾਬਾ ਜੀ 6 ਮਹੀਨੇ ਅਸੀਂ ਇਹ ਫਸਲ ਗਣੀ ਦੇਖੀ ਜਾਂਦੇ ਹਾਂ ਰੱਬ ਦੇ ਆਸਰੇ ਵੀ ਤਾਂ ਛੱਡਦੇ ਹਾਂ ਕਈ ਵਾਰੀ ਹੋਵੇ ਨਾ ਹੋਵੇ ਇਹ ਵੀ ਤਾਂ ਦੇਖ ਤੂੰ ਫਸਲ ਗਣੀ ਕਿਉਂ ਦੇਖੀ ਜਾਂਦੇ ਹੋ ਤੁਸੀਂ ਫੁੱਲ ਬੂਟਿਆਂ ਗਣੀ ਦੇਖਿਆ ਕਰੋ ਫਿਰ ਖਾਣ ਨੂੰ ਕਿੱਥੋਂ ਆਊਗਾ ਕੁਛ ਜੇ ਅਸੀਂ ਫੁੱਲ ਬੂਟਿਆਂ ਗਣੀ ਲੱਗੇ ਦੇਖਣਾ ਐਂ ਕੀ ਦੇਖ ਕੇ ਕਣਕ ਬਚਾਵਾਂਗੇ ਕਮਾਲ ਦੀ ਗੱਲ ਕਰਦਾ ਰੱਬ ਕੀ ਕਹਿੰਦਾ ਤੈਨੂੰ ਉਹ ਮੇਰੀ ਗੱਲ ਸੁਣਨਾ ਰੱਬ ਤੀਜੇ ਦਿਨ ਚੜ ਕੇ ਆ ਜਾਂਦਾ ਹਰ ਰਹੇ ਲੱਗ ਜਾਂਦਾ ਆ ਕੇ ਕਰਨ ਤੈਨੂੰ ਪਤਾ ਮੁੱਠੀ 'ਚ ਜਾਨ ਆਈ ਰਹਿੰਦੀ ਆ ਜਦੋਂ ਇਹ ਰੱਬ ਗੜਗੜ ਕਰਦਾ ਹੁੰਦਾ ਨਾ ਤੂੰ ਮੈਨੂੰ ਯਾਦ ਕਰਿਆ ਕਰ ਜਦੋਂ ਮੈਂ ਗੱਡਦਾ ਖੂੰਡਾ ਧਰਤੀ 'ਚ ਤੂੰ ਮੇਰੀ ਗੱਲ ਸੁਣ ਰੱਬ ਨੂੰ ਬੁਲਾਏ ਦੇਈਂ ਤੂੰ ਪਹਿਲੀ ਗੱਡਦਿਆ ਕਰ ਰੱਬ ਕਾਹਨੂੰ ਆਵੇ ਫਿਰ ਤੁਸੀਂ ਆ ਕੇ ਪੂਜਦੇ ਤਾਂ ਕੋਈ ਨਹੀਂ ਸਾਨੂੰ ਸੰਤਾਂ ਨੂੰ ਸਾਨੂੰ ਤੇਰੀ ਪੂੰਛ ਖਿੱਚੀ ਆ ਵੀ ਤੂੰ ਕਿੱਥੇ ਰਹਿਣਾ ਪੂੰਛ ਖਿੱਚ ਸੰਤਾਂ ਨੂੰ ਐਵੇਂ ਨਹੀਂ ਬੋਲੀਂਦਾ ਐਵੇਂ ਨਹੀਂ ਬੋਲੀਂਦਾ ਇਹ ਮੇਰੀ ਗੱਲ ਸੁਣ ਲੜਕੇ ਤੂੰ ਘਰੇ ਆਇਆ ਤੂੰ ਆਪਦੇ ਘਰ ਵਾਲੀ ਨਾਲ ਮੈਨੂੰ ਪੱਕਾ ਪਤਾ ਹੈ ਫਿਰ ਬਾਬਾ ਜੀ ਤੂੰ ਵੀ ਨਹੀਂ ਹਟਦਾ ਉਹੀ ਪੁੱਠਾ ਬੋਲੀ ਜਾਂਦਾ ਪੁੱਠਾ ਬੋਲੇ ਗੁੱਸਾ ਮੇਰੇ ਤੇ ਤਾਰਦਾ ਲੜਕੇ ਕਰਦੇ ਹੋ ਇੱਕ ਮੁਹਾਵਰਾ ਜਿਹਾ ਹੁੰਦਾ ਗਧੇ ਦੇ ਕੰਨ ਮਰੋੜਨ ਵਾਲੀ ਗੱਲ ਬਾਬਾ ਜੀ ਮੈਨੂੰ ਕੰਮ ਕਰਨ ਦਿਓ ਤੁਸੀਂ ਮੈਨੂੰ ਗੱਲ ਦੱਸੋ ਕੀ ਆ ਉਹੀ ਤਾਂ ਅਲਜਾ ਮੈਂ ਜੇ ਨਾ ਪਾਓ ਉਹ ਭਗਤਾ ਮੈਂ ਤੈਨੂੰ ਐਂ ਪੁੱਛਦਾ ਜੇ ਤੁਸੀਂ 40 ਕਿਲੋ ਕਣਕ ਬੀਜਦੇ ਹੋ ਜੇ 40 ਕਿਲੋ ਹੀ ਲਿਖੜੇ ਪਹਿਲਾਂ ਉਹ ਮੈਂ ਤੈਨੂੰ ਹੁਣ ਬੂਬਨਿਆ ਕੀ ਕਹਾਂ ਇੱਕ ਤਾਂ ਬਾਲਾਂ ਨਾਲ ਪਰਖਿਆ ਸਾਧਰੰਗਾ ਕੀ ਕਹਿਣਾ ਕੁਛ ਨਹੀਂ ਕਹਿੰਦਾ ਹੈਗਾ ਉਹ ਮੇਰੀ ਗੱਲ ਸੁਣੋ ਜਿਹੜੀ ਤੂੰ ਆ ਬਲੈਕੀ ਵਾਲੀ ਗੱਲ ਕਰਦਾ ਨਾ ਇਹਦੇ ਖਰਚਾ ਪਤਾ ਕਿੰਨਾ ਹੁੰਦਾ ਕਿੰਨਾ ਹੁੰਦਾ ਕੀ ਹੋ ਜਾਂਦਾ ਖਰਚਾ ਮੇਰੀ ਗੱਲ ਸੁਣੋ ਖਰਚਾ ਤੁਸੀਂ ਆਪ ਕਰਦੇ ਹੋ ਤੂੰ ਆ ਏਡੇ ਵੱਡੇ ਬੰਬੂ ਕਾਟਦੇ ਆਇਆ ਜੇ ਤੂੰ ਸਾਈਕਲ ਤੇ ਆ ਜਾਂਦਾ ਤੂੰ ਐਂ ਦੱਸ ਟਰੈਕਟਰ ਕਿਹੜਾ ਫਿਰ ਲਵੇ 855 ਕਿਲੇ ਛੀ ਨੇ ਹਾਂ ਕੀ ਗੱਲ ਉੱਥੇ ਆਸ਼ਾ ਵੀ ਤਾਂ ਕੰਮ ਕਰ ਦਿੰਦਾ 90,000 ਦਾ ਇਹ ਕਿੰਨੇ ਦਾ ਆਉਂਦਾ 855 9,00,000 ਦਾ ਮੇਰੀ ਗੱਲ ਸੁਣਦਾ ਤੂੰ ਆਸ਼ੇ ਦੀ ਗੱਲ ਕਰਨਾ ਆ ਮਸ਼ੀਨ ਖਿੱਚ ਲੂ ਆਹੋ ਓਏ ਸਾਰਾ ਕੁਛ ਕਰੀ ਜਾਂਦੇ ਨੇ ਕਈ ਘਰ ਮੈਂ ਤੈਨੂੰ ਇਹੋ ਜਿਹੇ ਦਿਖਾ ਮੈਂ ਤਾਂ ਹਰਿਆਊ ਵਾਲੀ ਸਾਈਡ ਲਹਿਰੇ ਵਾਲੀ ਸਾਈਡ 35-35 ਕਿੱਲੇ ਜ਼ਮੀਨ ਦੇ ਕਰਦੇ ਨੇ ਆਸ਼ੇ ਟਰੈਕਟਰ ਨਾਲ ਉਹਨਾਂ ਦੀ ਕੀ ਫਸਲ ਨਹੀਂ ਹੁੰਦੀ ਬਈ ਉਹ ਜੇ ਸਾਰਿਆਂ ਕੋਲ ਆਸ਼ੇ ਹੋਣਗੇ ਉਹ ਫਸਲ ਕਿੱਥੋਂ ਹੋਊਗੀ ਪਹਿਲਾਂ ਇਹ ਦੱਸ ਕਾਹਦੇ ਨਾਲ ਬੀਜਣਗੇ ਚੰਗਾ ਸਾਰਾ ਕੁਛ ਹੋ ਜਾਂਦਾ ਕਰੇ ਏਸੀ ਕਹਿ ਲੱਗੇ ਹੋਏ ਨੇ ਦੋ ਕੀ ਗੱਲ ਕੂਲਰ ਨਾਲ ਨਹੀਂ ਸਰਦਾ ਖਰਚੇ ਤੁਸੀਂ ਆਪ ਵਧਾਏ ਨੇ ਉਹ ਤੂੰ ਹੁਣ ਮੈਨੂੰ ਸਿੱਖਿਆ ਦੇਣ ਆਇਆ ਉਰੇ ਸਿੱਖਿਆ ਦੇਣ ਨਹੀਂ ਆਇਆ ਉਹ ਕੀ ਦੱਸਾਂ ਤੈਨੂੰ ਭਗਤਾ ਹੁਣ ਤੁਸੀਂ ਤਾਂ ਆਪਦੇ ਖਰਚੇ ਆਪ ਵਧਾ ਲਏ ਉਹ ਮੂੰਹ ਦਾ ਕੀ ਪੁੰਜੀ ਉਹਨਾਂ ਨੂੰ ਉਹ ਮੂੰਹ ਤਾਂ ਐ ਪੁੰਜਦਾ ਭਗਤਾ ਗਰਮੀ ਬਹੁਤ ਹੋ ਰਹੀ ਹੈ ਉਹ ਮੈਂ ਤਾਂ ਐਂ ਗੱਲ ਕਰਦਾ ਸੀ ਭਗਤਾ ਹਾਂ ਇਹ ਗਰਮੀ ਦਾ ਇੱਕ ਇਲਾਜ ਮੈਨੂੰ ਹੋਰ ਦਿਖਦਾ ਇਹ ਗਰਮੀ ਇੱਕ ਤਰੀਕੇ ਨਾਲ ਹਟ ਸਕਦੀ ਹੈ ਓਏ ਉਹ ਕਿਵੇਂ ਹਟੂ ਪਤੰਦਰਾ ਜੇ ਰੱਬ ਨਾ ਇਹ ਇੰਨੇ ਗੜੇ ਪਾ ਦੇ ਨਾ ਤਾਂ ਦੇਖੀ ਤੂੰ ਸਰਦੀ ਹੁੰਦੀ ਆਪਣੇ ਫਾਸਲਾ ਕੱਢਦੇ ਅਸੀਂ ਰੱਬ ਮੇਰੇ ਹੱਥ ਬੰਨਦੇ ਰਹੇ ਆ ਕੀ ਰੱਬਾ ਡੂੰਗੀ ਪਾਲਿਆ ਕਰੋ ਆਸ਼ੇ ਨਾਲ ਗੜੇ ਨੀ ਕਿਹਾ ਸੀ ਮੈਂ ਮੇਰੇ ਸਾਲਿਆ ਮੈਨੂੰ ਉੱਚਾ ਸੁਣਦਾ ਦੀਆ ਗੜੇ ਤਾਂ ਕਿਹਾ ਦੀਆ ਸਾਲਾ ਬਾਹਣ ਦਾ ਲੰਘ ਜਾ ਉਰੇ ਜੇ ਵੜ ਗਿਆ ਦੇਖ ਲੈ ਮੇਰਾ ਵੜ ਦੂੰਗਾ ਸਾਰਾ ਮੂਡ ਖਰਾਬ ਕਰਤਾ ਤੁਰੇ ਆਓ ਕੇਰਾ ਆਹ ਤਾਂ ਵਧੀਆ ਕੰਮ ਨਿਬੜ ਗਿਆ 10 ਟਰਾਲੀਆਂ ਪੈ ਗਈਆਂ ਹੁਣ ਤੱਕ ਆਹ 10 ਕੋਰ ਰਹਿ ਗਈਆਂ ਬਸ 10 ਕੁ ਪੈਣੀਆਂ ਚ ਸਵਾਤ ਚ ਐ ਬੀਬੀ ਪਾ ਦੇ ਦੋ ਰੋਟੀਆਂ ਬੀਬੀ ਓ ਹੈਲੋ ਹਾਂ ਕੀ ਕਹਿਣਾ ਭਗਤਾ
ਉਹ ਕਿੱਧਰ 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 ਕੀ ਉਹ ਕਿੱਧਰ ਮੰਗਦਾ ਫਿਰਦਾ ਰੋਟੀਆਂ ਰੋਟੀ ਮੰਗਦਾ ਹੋਰ ਕੀ ਮੈਂ ਟਰਾਲੀ ਥੋੜਾ ਮੰਗਦਾ ਦਵਾਂ ਟਰਾਲੀ ਕੀ ਤੂੰ ਰੇ ਵੀ ਆ ਗਿਆ ਮਾਰੀ ਨਾ ਮਾਰੀ ਨਾ ਉਹ ਨਹੀਂ ਮਾਰਦਾ ਮੇਰੀ ਗੱਲ ਸੁਣ ਗੜੇ ਮੇਰੇ ਸੋ ਟਰਾਲੀ ਮੇਰੇ ਮਤਲਬ ਗੜੇ ਮੈਨੂੰ ਆਸ਼ੇ ਮਾਰੀ ਨਾ ਉਹ ਮੇਰੀ ਗੱਲ ਸੁਣ ਸਿੱਧਾ ਬੋਲ ਪਹਿਲਾਂ ਦਾ ਸਿੱਧਾ ਬੋਲ ਮੈਂ ਮੇਰੀ ਜੀਭ ਉਲਟ ਸੁਲਟ ਹੋ ਗਈ ਜੇ ਤੇਰੀ ਜੀਭ ਹੁਣ ਉਲਟ ਸੁਲਟ ਹੋ ਗਈ ਮੈਥੋਂ ਬੁਰਾ ਨਹੀਂ ਹੈਗਾ ਦੇਖ ਰੋਟੀ ਜ਼ਰੂਰ ਖਾ ਲਾ ਤੂੰ ਅੱਛਾ ਹਾਂ ਰੋਟੀ ਲੈ ਕੇ ਜਾਊਂਗਾ ਕੌਣ ਕੀ ਕਰਦੇ ਨੇ ਸਰਕਾਰਾਂ ਉਹ ਤੂੜੀ ਪਾਉਂਦੇ ਨੇ ਲੇਬਰ ਆ ਇਹ ਲੇਬਰ ਆ ਹਾਂ ਤੇ ਤੁਸੀਂ ਆਪ ਕਿਉਂ ਨਹੀਂ ਪਾਉਂਦੇ ਉਹ ਪੁੱਛਦਾ ਪੁੱਛਦਾ ਆਪ ਦੋ ਤਾਂ ਬੰਦੇ ਯਾਰ ਦੋ ਬੰਦੇ ਤੋਂ ਪੈਂਦੀ ਆ ਇਹ ਆ ਕੌਣ ਕੌਣ ਸੀਰੀ ਆਪਣਾ ਲਿਬੜਾ ਲਿਬੜਾ ਜਮੀ ਨਹੀਂ ਹੈਗਾ ਇਹ ਕਿੰਨੇ ਕਰੜਾ ਹੋਇਆ ਤੂੰ ਇਹ ਮੈਂ ਪੂਰੇ ਮੈਂ ਪੁੱਛਦਾ ਕਿੰਨੇ ਚ ਰਲਿਆ ਹੋਇਆ ਇਹਨਾਂ ਨਾਲ ਕਿੰਨੇ ਪੈਸਿਆਂ ਚ ਖੇਤੀ ਚਾਰ ਕਿੱਲਿਆਂ ਦੀ ਕਮਾਈ ਇਹ ਲੈ ਗਿਆ ਉਹ ਤੂੰ ਹੁਣ ਮੈਨੂੰ ਰਾਏ ਦੇਣਾ ਆ ਉਰੇ ਉਹ ਕਹਿੰਦਾ ਸਰ ਰੋਟੀਆਂ ਖਾ ਲੈ ਜੇ ਖਾਣੀਆਂ ਨੇ ਕਿਹਾ ਕਹਿੰਦਾ ਕਹਿੰਦਾ ਸਾਨੂੰ ਬਚਦਾ ਨਹੀਂ ਹੈਗਾ ਬਚਦਾ ਬਹੁਤ ਕੁਝ ਬਚਦਾ ਮੈਂ ਬਸ ਰੋਟੀ ਲੈ ਕੇ ਜਾਂਦਾ ਆਹੋ ਖਾ ਲਾ ਮੈਂ ਰੋਟੀ ਮੈਂ ਚਲੋ ਮੁੰਡੇ ਹੋ ਚਲੋ ਇੱਧਰ ਪੁਰਾਣੀਆਂ ਗੱਲਾਂ ਕਰਦਾ ਹੈ ਐਡਾ ਚੰਦਰਾ ਮਾਮੂਰ ਬਾਬਾ ਸੀਰ ਨਿਕਲੂਗੀ ਇਹਦੇ ਕਦੇ ਨਿਕਲ ਜੀ ਆਪ ਤਾਂ ਕਿੱਧਰ ਮੂੰਹ ਚੱਕਿਆ ਆ ਬੀਬਾ ਬੀਬਾ ਦੋ ਰੋਟੀਆਂ ਤਾਂ ਪਾ ਦੇ ਮੇਰਾ ਗੁਰੂ ਭੁੱਖਾ ਮਰਨ ਲੱਗਿਆ ਪਿਆ ਬਾਬਾ ਰੋਟੀ ਹਜੇ ਬਣਾਈ ਨਹੀਂ ਗੀ ਜਦੋਂ ਬਣਾਈ ਉਦੋਂ ਦੇ ਦਿਆਂਗੇ ਹੈ ਬੀਬਾ ਭਗਤਾਂ ਨੂੰ ਜਵਾਬ ਨਹੀਂ ਦੇਂਦਾ ਹੁੰਦਾ ਰਾਜਸਥਾਨ ਕਨੀ ਉਹ ਆਏ ਨੇ ਭੁੱਖੇ ਨੇ ਭੁੱਖੇ ਬਾਬੇ ਬਾਬਾ ਹਜੇ ਤਾਂ ਮੇਰੇ ਦਿਹਾੜੀਏ ਖੜੇ ਨੇ ਵਿਚਾਰੇ ਉਹਨਾਂ ਨੂੰ ਰੋਟੀ ਭੇਜਣੀ ਆ ਆ ਤਿਆਰ ਕਰੀ ਜਾਂਦੀ ਹੈ ਰੋਟੀ ਦਸ ਦਿਹਾੜੀਏ ਨੇ ਤੁਹਾਡੇ ਐਂ ਸਮਝ ਲਓ 11 ਹੋ ਗਏ ਵਿੱਚ ਮੈਂ ਹੋ ਗਿਆ 13 ਮਤਲਬ ਉਹ 11 ਸੱਚ ਮੈਂ ਸਮਝ ਗਿਆ ਪਾ ਦੋ ਤੂੰ ਰੋਟੀਆਂ ਕੋਈ ਨਹੀਂ ਜਦੋਂ ਬਣਾਉਂਗੀ ਮੈਂ ਉਦੋਂ ਬਾਜ ਮਾਰ ਦੂੰਗੀ ਲੈ ਇਹ ਤਾਂ ਜਵਾਬ ਦਿੰਦੀ ਪਈ ਆ ਯਾਰ ਮੈਂ ਕੀ ਬੋਲਦਾ ਜਾਂਦਾ ਤੂੰ ਮੰਮੀ ਬਣਾ ਦਿੰਦੇ ਹਾਂ ਦੋ ਰੋਟੀਆਂ ਕੀ ਹੋਣ ਲੱਗਾ ਪੁੰਨ ਹੀ ਲੱਗੂਗਾ ਮੇਰੀ ਗੱਲ ਸੁਣ ਇਹੋ ਜਿਹੇ ਪੁੰਨ ਬਥੇਰੇ ਕੀਤੇ ਆ ਜਿਹੜੇ ਅਸਲੀ ਬਾਬੇ ਹੁੰਦੇ ਆ ਉਹਨਾਂ ਨੂੰ ਤਾਂ ਬੈਠਣ ਨੂੰ ਦਕਸ਼ਣਾ ਮਿਲਦੀ ਆ ਇਹ ਤਾਂ ਗਲੀਆਂ 'ਚ ਵੀ ਭੌਂਕਦੇ ਫਿਰਦੇ ਰਹਿੰਦੇ ਆ ਕਦੇ ਉਹਦੇ ਘਰੇ ਵੜ ਗਏ ਕਦੇ ਉਹਦੇ ਘਰੇ ਵੜ ਗਏ ਲੈ ਮੰਮੀ ਹਰ ਕੋਈ ਇੱਕ ਵਰਗਾ ਥੋੜਾ ਨਾ ਹੁੰਦਾ ਏ ਤੂੰ ਰਹਿਣ ਦੇ ਬਸ ਮੈਂ ਸੁਣਿਆ ਮੰਮੀ ਕਿ ਕਈ ਵਾਰ ਨਾ ਰੱਬ ਆਪ ਮੰਗਲ ਨਹੀਂ ਆਉਂਦਾ ਘਰੇ ਇਹਨਾਂ ਦੀਆਂ ਕਈਆਂ ਗੱਲਾਂ ਸੱਚੀਆਂ ਹੁੰਦੀਆਂ ਬਾਬਾ ਨੂੰਹ ਆ ਮੇਰੀ ਇਹ ਨੂੰਹ ਆ ਤੇਰੀ ਬੜੀ ਚੰਗੀ ਨੂੰਹ ਆ ਬੜੀ ਚੰਗੀ ਨੂੰਹ ਆ ਬੜੇ ਕਰਮ ਵਾਲੀ ਨੂੰਹ ਆ ਬੜੇ ਕਰਮ ਵਾਲੀ ਨੂੰਹ ਆ ਉਹ ਮੈਂ ਪੁੱਛਦਾ ਸੀ ਉਹ ਜਿਹੜਾ ਬਾਹਰ ਬੰਦਾ ਖੜਿਆ ਪਰਨੇ ਜੀ ਵਾਲਾ ਉਹ ਕੌਣ ਹੈ ਉਹ ਮੇਰੇ ਘਰ ਵਾਲਾ ਬਾਬਾ ਘਰ ਵਾਲਾ ਛੋੜੋ ਤੁਸੀਂ ਮੇਰੀ ਗੱਲ ਸੁਣੋ ਮੈਂ ਹੁਣੇ ਪੁੱਛ ਦਿੰਦਾ ਹੱਥ ਇਹਦਾ ਦੇਖੂੰਗਾ ਤੇ ਬੁੱਝੂੰਗਾ ਤੁਹਾਡੀ ਕਿਸਮਤ ਮੈਂ ਬੀਬਾ ਹੱਥ ਤੇ ਦਿਖਾ ਤੇ ਕੀ ਕਰੀ ਜਾਂਦਾ ਬਾਬਾ ਮੇਰੀ ਗੱਲ ਸੁਣੋ ਤੇਰੇ ਘਰ ਵਾਲਾ ਨਾ ਰਾਤ ਨੂੰ ਮੰਜੇ ਚ ਪਿਆ ਸੁੱਤਾ ਪਿਆ ਐ ਕਰੀ ਜਾਂਦਾ ਹੜ ਤੇਰੀ ਮਾਂ ਦੀ ਹੜ ਤੇਰੀ ਭੈਣ ਦੀ ਹੜ ਤੇਰੀ ਮਾਂ ਹਾਂ ਬਾਬਾ ਐ ਕਰਦਾ ਗਾ ਲੈ ਮੰਮੀ ਤੈਨੂੰ ਕਿਹਾ ਸੀਗਾ ਨਾ ਬਾਬਾ ਬੜਾ ਅੰਤਰਜਾਮੀ ਹੈ ਕਰਦਾ ਗਾ ਇਹਨਾਂ ਆਈ ਕਰਦਾ ਬਾਬਾ ਕਿਤੇ ਤੂੰ ਤਾਂ ਨਹੀਂ ਉਹਨਾਂ ਦੇ ਧੱਕੇ ਚੜ ਗਿਆ ਨਾ ਨਾ ਮੈਂ ਕੁੱਟ ਨਹੀਂ ਖਾਦੀ ਉਹ ਤਾਂ ਨਾ ਮੈਂ ਕੁੱਟ ਨਹੀਂ ਖਾਦੀ ਮੈਂ ਮਿਲਿਆ ਨਹੀਂ ਉਹਨੂੰ ਪਰ ਬੰਦਾ ਮੈਨੂੰ ਚਿਹਰੇ ਤੋਂ ਚੰਦਰਾ ਲੱਗਦਾ ਹੈ ਚੰਦਰਾ ਹੈਗਾ ਨਾ ਆਹੋ ਬਾਬਾ ਸਾਰਾ ਤਾਂ ਸਹੀ ਕਰਦਾ ਉਹ ਸੱਚ ਦੱਸ ਤੂੰ ਦੁਖੀ ਤਾਂ ਹੈਗੀ ਆ ਨਾ ਵੇ ਬਾਬਾ ਹੁਣ ਤੈਨੂੰ ਮੈਂ ਕੀ ਦੱਸਾਂ ਤੂੰ ਦੱਸ ਰੋਟੀ ਖਾਣੀ ਹੈ ਤਾਂ ਤੂੰ ਦੱਸ ਤੇ ਤੇਰੇ ਸਹੁਰੇ ਤੋਂ ਦੁਖੀ ਹੋਣਾ ਤੁਸੀਂ ਦੁਖੀ ਤਾਂ ਬਹੁਤ ਕਰਦਾ ਏ ਉਹ ਹਾਂ ਗਾਲਾਂ ਦਿੰਦਾ ਦਾਰੂ ਪੀ ਕੇ ਹਾਂਜੀ ਬਾਬਾ ਜੀ ਬਹੁਤ ਗਾਲਾਂ ਦਿੰਦਾ ਤੇ ਕੱਢਦਾ ਵੀ ਦੇਸੀ ਦਾਰੂ ਹੈ ਆਹੋ ਬਾਬਾ ਸਾਰਾ ਕੁਝ ਤੈਨੂੰ ਪਤਾ ਤਾਂ ਹੈ ਜੱਟ ਹੋਰ ਕੀ ਕਰਦੇ ਹੁੰਦੇ ਆ ਬੋਤਲ ਤੋਂ ਉੱਪਰ ਪੀ ਜਾਂਦਾ ਨਾ ਹਾਂਜੀ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਓ ਮੈਂ ਤਾਂ ਬਹੁਤ ਪਹੁੰਚੀ ਹੋਈ ਚੀਜ਼ਾਂ ਨਾ ਖਵਾਓ ਰੋਟੀਆਂ ਥੋੜੀ ਮਰਜ਼ੀ ਚੱਲ ਕੋਈ ਨਹੀਂ ਬਹਿ ਜਾ ਬਾਬਾ ਬਣਾ ਦਿੰਨੀ ਆ ਰੋਟੀ ਮੈਂ ਬੜੀ ਚੰਗੀ ਨੂੰ ਤੇਰੀ ਸੋਹਣੀ ਬਹੁਤ ਚਲ ਠੀਕ ਹੈ ਮੰਮੀ ਮੈਂ ਕੱਪੜੇ ਧੋ ਲਾਂ ਚਲ ਧੋ ਲਾ ਤੂੰ ਮੈਂ ਬਣਾ ਦਿੰਨੀ ਰੋਟੀ ਹਾਏ ਹਾਏ ਵਾਹ ਕਮਾਲ ਬਾਬਾ ਤਾਂ ਸੀਟੀ ਮਾਰੀ ਹੈ ਆ ਨਾ ਨਾ ਨਾ
बाबे कितने ने सीटी मारन जोगे, बाबयां दी तां आपे सीटी बची पई आ भुख कारण। मेरे तां हवा ही नहीं हैगी, मैं कहदे नाल सीटी मारूंगा। ਮੈਨੂੰ ਲੱਗਿਆ ਬਾਬਾ ਜਿਵੇਂ ਤੂੰ ਸਿਟੀ ਮਾਰੀ ਹੁੰਦੀ ਹੈ। ਨਾ 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 ਬਾਬੇ ਸਿਟੀ ਮਾਰ ਨਹੀਂ ਸਕਦੇ ਕਿਉਂਕਿ ਬਿਨਾਂ ਭੁੱਕੀ ਤੋਂ ਕਿੱਥੇ ਸਿਟੀ ਵੱਜਦੀ ਹੈ, ਜੋਰੇ ਨਹੀਂ ਲੱਗਦਾ ਬਾਬਿਆਂ ਦਾ। ਪਕਾ ਦੋ ਦੋ ਰੋਟੀਆਂ, ਆ ਚਟਣੀ ਨਾਲ ਕਰ ਦਊ ਤਾਂ ਚੰਗੀ ਗੱਲ ਆ, ਤੜਕ ਕੇ ਆ ਗਈ। ਓਏ ਹਾਏ ਹਾਏ ਹਾਏ, ਇਹ ਆਪਾਂ 15 ਦਿਨਾਂ ਹੀ ਨਾਲ ਵਿਆਹ ਦੇਣਾ, ਸਾਰੀ ਉਮਰ ਆਈ ਤਿਆਗ ਦੂੰ, ਉਹਦੀ ਚੱਕ ਲਈ ਜਾਈ, 15 ਦਿਨ ਦੇ ਦੀ ਮੈਨੂੰ। ਨਵਜੋਤ, ਨਵਜੋਤ ਪੁੱਤ। ਹਾਂਜੀ ਮੰਮੀ। ਉਰੇ ਆ। ਹਾਂਜੀ। ਲੈ ਫੜ ਆ ਰੋਟੀ ਬਣ ਕੇ ਤੇ ਫੜਾਇਆ ਬਾਬੇ ਨੂੰ। ਏਦਾਂ ਹੀ ਫੜਾਵਾ? ਏਦਾਂ ਹੀ ਫੜਾਇਆ, ਹੁਣ ਹੋਰ ਕੀ ਹੈਗਾ। ਨਾ ਮੰਮੀ, ਮੈਂ ਤੇ ਥਾਲੀ 'ਚ ਲੈ ਕੇ ਜਾਊਂਗੀ। ਚੱਲ ਆ ਜਾ, ਫੜਾਇਆ ਫਟਾਫਟ, ਫਿਰ ਆਪਾਂ ਹੋਰ ਕੋਈ ਕੰਮ ਕਰਾਂਗੇ ਘਰ ਦਾ। ਠੀਕ ਆ। ਪਾਣੀ ਲਿਆ ਦਿਓ, ਜੇ ਲੱਸੀ ਹੈਗੀ ਤਾਂ ਜ਼ਿਆਦਾ ਵਧੀਆ ਹੋਊ। ਜੀ ਕਿਤੇ ਇਹਦਾ ਨਹੀਂ ਨੂੰ ਆਪ ਰੋਟੀਆਂ ਲਾ ਦਿੰਦੀ। ਹਾਏ ਕਿਆ ਸਵਾਦ ਸੀ। ਆ ਦੋ ਰੋਟੀਆਂ ਮੇਰੇ ਗੁਰੂ ਵਾਸਤੇ ਨਾ ਰੱਖ ਲਓ, ਦੋ ਮੈਂ ਖਾ ਲਈਆਂ। ਮੰਮੀ ਆ ਦੇਖੀ, ਇੰਨੇ ਗੰਢੇ ਵਾਧੂ ਆ ਚਟਨੀ ਦੀ। ਹਾਂ ਬਹੁਤ, ਥੋੜਾ ਹੀ ਹੋਰ ਪਾਣਾ ਦੋ। ਠੀਕ ਆ। ਕਿੰਨੇ ਕੀ ਦਿਹਾੜੀਦਾਰ ਲੱਗੇ ਆ? ਦਿਹਾੜੀ ਹੈਗੇ ਨੇ 10-12। ਠੀਕ, ਬਾਕੀ ਤੇਰੇ ਬਾਪੂ ਹੋਰੀ ਨੇ। ਚੱਲ ਹੁਣ ਰੋਟੀ ਖਾ ਲਈ, ਜਾ ਬਸ। ਜਾਣਾ ਜੀ, ਮੈਂ ਆਇਆ ਪੁੱਛਦਾ ਸੀ ਮਾਈ, ਜਿਹੜੀ ਤੁਹਾਡੀ ਵੱਡੀ ਮਹਿਸ ਹੈ ਨਾ, ਆਹੋ ਰੱਬ ਨਾ ਕਰੇ ਜੇ ਕਿਤੇ ਇਹ ਮਰ ਜੇ ਮਾਈ। ਹੁਣ ਕੀ ਹੋ ਗਿਆ? ਮੈਂ ਐ ਕਹਿੰਦਾ ਸੀ ਮਾਈ, ਆ ਜਿਹੜੀ ਤੁਹਾਡੀ ਨੂੰਹ ਹੈ, ਹਾਂ ਜਿਹਦੇ ਘਰ ਵਾਲਾ ਮਰ ਜੇ ਤੁਹਾਡੇ ਕਾਨੂੰਨ ਦੇ ਸਿਆਹ ਬਣਾ ਲਾ, ਮੇਰੇ ਨਾਲ ਲੜਨ ਲੱਗ ਸਕਦੀ ਹੈ। ਆਇਓ ਜੀ ਮਾੜਾ ਜਿਹਾ ਬਚ ਕੇ, ਬਿਮਾਰੀ ਪੈਣਾ ਤੇਰਾ ਬਈਏ, ਕਿਹੜਾ ਤੇਰਾ ਇਹ ਜਿਹਦਾ ਬਕਵਾਸ ਕਰਦਾ ਅੱਗੇ ਤੋਂ। ਆਇਓ ਜੀ ਬਚ ਕੇ, ਕਿਵੇਂ ਖਾਈ ਦੇ ਅੱਗੇ ਤੋਂ ਨੀ ਜਾਊਗਾ ਕਿਸੇ ਦਿਨ।